ਹਰਪਾਲ ਜੈ ਹਿੰਦ ਜਨਾਬ ਜੈ ਹਿੰਦ ਚਲੋ ਹੋਤੀ ਰਹੇਗੀ ਇੱਕ ਬਾਤ ਬਤਾਓ ਜੀ ਜਨਾਬ ਗਵਰਨਮੈਂਟ ਤੁਮੇ ਆਧੀ ਤਨਖਾਹ ਦਿੱਤੀ ਹੈ ਕਿਉਂ ਜਨਾਬ ਪੂਰੀ ਪੈਂਟ ਕਿਉਂ ਨਹੀਂ ਬਣਵਾ ਲੇਤੇ ਕਿਤਨੇ ਅਸ਼ਲੀਲ ਸਿਪਾਹੀ ਲੱਗ ਰਹੇ ਹੋ ਤੁਮ ਇਹ ਚੀਜ਼ੇ ਅੱਛੀ ਨਹੀਂ ਲੱਗਤੀ ਬੜਾ ਗੰਦਾ ਲੱਗਦਾ ਤੂੰ ਇਸੇ ਉਤਾਰ ਕੇ ਫੈਂਕ ਕਿਉਂ ਨਹੀਂ ਦਿੱਤਾ ਸਾਹਿਬ ਜੀ ਅਗਰ ਇਸਕੋ ਫੈਂਕ ਦੇਣ ਤਾਂ ਔਰ ਗੰਦਾ ਲਊਂਗਾ ਮੈਂ ਹਰਪਾਲ ਵੈਸੇ ਵੀ ਹੋ ਕਿਆ ਰਹਾ ਸਾਹਿਬ ਜੀ ਇਹ ਲਾਫਟਰ ਫੋਰ ਹੋ ਰਹਾ ਹੈ ਜੀ ਫੋਰ ਹੋ ਰਹਾ ਹੈ ਜੀ ਕਿਉਂ ਪਹਿਲੇ ਤੀਨ ਸਹੀ ਨਹੀਂ ਹੋਏ ਥੇ ਸਾਹਿਬ ਜੀ ਇਸਮੇ ਹਰ ਚੀਜ਼ ਚੇਂਜ ਹੈ ਹਰ ਚੀਜ਼ ਨਹੀਂ ਹੈ ਜੈਸੇ ਜੈਸੀ ਸੈਟ ਚੇਂਜ ਹੈ ਸੈਟ ਨਯਾ ਹੈ ਹਮਾਰੀ ਐਂਕਰ ਨਹੀਂ ਹੈ ਐਂਕਰ ਨਹੀਂ ਹੈ ਇਸ ਬਾਰੇ ਐਂਕਰਿੰਗ ਸ਼ਹਿਨਾਜ਼ ਕਰ ਰਹੀ ਹੈ ਨਹੀਂ ਐਂਕਰ ਜੀ ਜੋ ਪਹਿਲੇ ਕਰਤੀ ਥੀ ਪਰੀ ਯਾਦਵ ਉਹ ਕਹਾਂ ਹੈ ਸਾਹਿਬ ਜੀ ਆਪ ਮੁਬਾਰਕ ਹੋ ਉਸਕੇ ਘਰ ਮੇਂ ਬੇਬੀ ਹੋ ਗਈ ਹੈ ਅੱਛਾ 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 ਬੇਬੀ ਹੋ ਗਿਆ ਚਲੋ ਇਹ ਤਾਂ ਬੜੀ ਅੱਛੀ ਬਾਤ ਹੈ ਤੋ ਫਿਰ ਇਹ ਨਈ ਐਂਕਰ ਕਬ ਤੱਕ ਕਰੇਗੀ ਜਬ ਤੱਕ ਇਸਕੇ ਨਹੀਂ ਬੇਬੀ ਹੋ ਜਾਤਾ ਹਰਪਾਲ ਜੀ ਜਨਾਬ ਖਾਮੋਸ਼ ਹੋ ਜਾਓ ਔਰ ਜੋ ਕੰਮ ਕਰਨੇ ਹੈ ਵੋ ਕਰੋ ਸਾਹਿਬ ਜੀ ਮੇਰਾ ਦਿਲ ਕਰ ਰਿਹਾ ਹੈ ਮੈਂ ਵੀ ਆਡੀਸ਼ਨ ਨਾ ਦੇ ਦੂੰ ਯਹਾਂ ਪੇ ਆਡੀਸ਼ਨ ਜੀ ਜਨਾਬ ਕਿਸ ਕੇ ਚੁਟਕਲੇ ਕੇ ਜੀ ਤੁਮੇ ਚੁਟਕਲਾਤਾ ਕੋਈ ਸਾਹਿਬ ਜੀ ਸੁਣ ਕੇ ਤਾਂ ਦੇਖੋ ਆਪ ਅੱਛਾ ਸੁਣਾਓ ਚਲੋ ਸੁਣਾਓ ਫਿਰ ਐਕਸ਼ਨ ਬੋਲਣਾ ਸਾਹਿਬ ਜੀ ਹਾਂ ਜੀ ਐਕਸ਼ਨ ਵੀ ਏਕ ਬਾਰ ਨਾ ਏਕ ਹਾਥੀ ਹੋਤਾ ਹੈ ਉਸਕੋ ਨਾ ਚੀਂਟੀ ਸੇ ਪਿਆਰ ਹੋ ਜਾਤਾ ਹੈ ਹਾਥੀ ਨਾ ਰਿਸ਼ਤਾ ਲੇਕਰ ਚੀਂਟੀ ਕੇ ਘਰ ਮੇ ਜਾਤਾ ਹੈ ਚੀਂਟੀ ਕੇ ਘਰ ਵਾਲੇ ਉਸਕੋ ਨਾ ਬੋਲ ਦੇਤੇ ਹੈ ਪੂਛੋ ਕਿਉਂ ਕਹਤੇ ਲੜਕੇ ਕੇ ਦਾਂਤ ਬਾਹਰ ਹੈ ਹਰਪਾਲ ਅਗਰ ਮੁਝੇ ਤੁਮਾਰੇ ਬੀਵੀ ਬੱਚੋਂ ਕੋ ਖਿਆਲ ਨਾ ਨਾ ਹੋਤਾ ਤੋ ਮੈਂ ਤੁਮੇ ਐਸੇ ਘਟੀਆ ਚੁਟਲੇ ਪੇ ਸਸਪੈਂਡ ਕਰ ਦਿੱਤਾ ਦੇਖੋ ਇਹ ਲਾਫਟਰ ਚੈਲੰਜ ਕੀ ਸਟੇਜ ਹੈ ਕੋਈ ਅੱਛਾ ਸਾ ਫਰੈਸ਼ ਚੁਟਕਲਾ ਸੁਣਾਓ ਚਲੋ ਸਰ ਇੱਕ ਵਾਰ ਨਾ ਇੱਕ ਨਾ ਹਾਥੀ ਹੋਤਾ ਹੈ ਇਧਰ ਆਓ ਇਧਰ ਆਓ ਹਾਥੀ ਸੇ ਰਿਲੇਟਡ ਕੋਈ ਵੀ ਚੁਟਕਲਾ ਇਸ ਸਟੇਜ ਪਰ ਨਹੀਂ ਸੁਣਾ ਮੈਂ ਠੀਕ ਹੈ ਸੁਣਾਓ ਵੀ ਸਰ ਇੱਕ ਵਾਰ ਨਾ